ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾ ਪੇਸ਼ ਨੇ ਚੌਥੀ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਮਹਾਮਾਰੀ ਅਤੇ ਇਸ ਨਾਲ ਜੁੜੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਲਈ ਹੋਣ ਵਾਲੀ ਆਲ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਖੇਤੀਬਾੜੀ ਮੰਤਰੀ ਨੇ ਪਰੋਸਾ ਦਿੱਤਾ ਕਿ ਕਟੋਕਟ ਸਮਰਥਨ ਮੁੱਲ ਪਹਿਲਾ ਦੀ ਤਰ੍ਹਾਂ ਹੀ ਚੱਲ ਰਿਹਾ ਰਹੇਗਾ ਕੇਂਦਰੀ ਮੰਤਰੀਆ ਅਤੇ ਕਿਸਾਨ ਆਗੂਆਂ ਵਿਚਾਲੇ ਖੇਤੀ ਕਾਨੂੰਨਾਂ ਬਾਰੇ ਪੰਜਵੇਂ ਗੇੜ ਦੀ ਗੱਲਬਾਤ ਪਲਕੇ ਹੋਵੇਗੀ। ਭਾਰਤ ਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਤੇ ਤਣਾਅ ਨੂੰ ਖਤਮ ਕਰਨ ਅਤੇ ਅਮਨ ਸ਼ਾਂਤੀ ਗਾਇਮ ਰੱਖਣ ਦੇ ਮੰਤਵ ਨਾਲ ਰਣਨੀਤਿਕ ਅਤੇ ਫੌਜੀ ਪੱਧਰ ਤੇ ਗੱਲਬਾਤ ਚੱਰੀ। ਬ੍ਰਹਮਪੁੱਤਰ ਤੇ ਚੀਂਬਲੂ ਸਾਰੇ ਜਾਰਹੇ ਬਾਨੂ ਲੈ ਕੇ ਭਾਰਤ ਨੇ ਆਪਣਾ ਪੱਖ ਅਤੇ ਚਿੰਤਾਵਾਂ ਪਰਗਟ ਕੀਤੀਆਂ। ਪੰਦੇ ਪਰ ਅਦਮਿਸ਼ਨ ਨੂੰ 31 ਦਸੰਬਰ ਤੱਕ ਵਧਾਇਆ ਗਿਆ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਤੀਜੇ ਗੇਟ ਤਹਿਤ ਵੋਟਾਂ ਪੈਣ ਦਾ ਕੰਮ ਜਾਰੀ ਭਾਰਤ ਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਾਲੇ T20 ਲੜੀ ਦਾ ਪਹਿਲਾ ਮੈਚ ਅੱਜ ਕੈਨਬਰਾ ਚ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਵਿਡ-19 ਮਹਾਮਾਰੀ ਅਤੇ ਇਸ ਨਾਲ ਸੰਬੰਧਿਤ ਚੁਣੌਤੀਆਂ ਜਿਨ੍ਹਾਂ ਵਿੱਚ ਟੀਕੇ ਦੀ ਉਪਲਬਧਤਾ ਅਤੇ ਕੋਵਿਡ ਤੋਂ ਬਾਅਦ ਦੇ ਭਾਰਤੀ ਸਥਿਤੀ ਸ਼ਾਮਲੇ ਬਰੇ ਸੱਦੀ ਗਈ ਇੱਕ ਆਲ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਸਰਕਾਰ ਨੇ ਕਿਹਾ ਕਿ ਸੰਸਦ ਦੇ ਦੋਵੇਂ ਸਦਨ ਤੇ ਵੱਖ-ਵੱਖਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਵਰਚੁਅਲ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਵੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ ਇਹ ਮੀਟਿੰਗ ਉਦੋਂ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਦੇਸ਼ ਵਿੱਚ ਵੱਖ-ਵੱਖਰੀਆਂ ਦਵਾਈ ਕੰਪਨੀਆਂ ਵੱਲੋਂ ਤਿਆਰ ਕੀਤੇ ਜਾ ਰਹੇ ਕੋਵਿਡ ਟੀਕੇ ਦੇ ਕੰਮ ਵਿੱਚ ਰੁਚੀਆ ਕੰਪਨੀਆਂ ਦੇ ਉਤਪਾਦਨ ਅਦਾਰਿਆਂ ਦਾ ਦੌਰਾ ਕਰਕੇ ਆਏ ਨੇ ਭਾਰਤ ਕਰੋਨਾ ਟੀਕੇ ਦੇ ਵਿਕਾਸ ਅਤੇ ਉਤਪਾਦਨ ਦੋਹਾਂ ਵਿੱਚ ਆਤਮ ਨਿਰਭਰ ਹੋਣਾ ਚਾਹੁੰਦਾ ਹੈ। ਭਾਰਤ ਦੀਆਂ ਘੱਟੋ ਘੱਟ 5 ਦਵਾਈ ਬਣਾਉਣ ਵਾਲੀਆਂ ਕੰਪਨੀਆਂ ਟੀਕੇ ਦੇ ਵਿਕਾਸ ਵਿੱਚ ਰੁਚੀਆਂ ਹੋਈਆਂ ਨੇ। ਪੁਣੇ ਵਿਚਾਲੇ سیرਮ ਇੰਸਟੀਚਿਊਟ ਨੂੰ ਆਕਸਫੋਰਡ ਐਸਟਰਾਜ਼ੇਨੇਕਾ ਵੱਲੋਂ ਬਣਾਈ ਗਈ ਕੋਵੀ ਸ਼ੀਲਡ ਦੇ ਵੱਡੇ ਪੱਧਰ ਤੇ ਉਤਪਾਦਨ ਲਈ ਚੁਣਿਆ ਗਿਆ ਹੈ। ਮੰਗ ਨੂੰ ਪੂਰਾ ਕਰਨ ਲਈ ਕੇਂਦਰ ਨੇ ਇੱਕ ਮਜ਼ਬੂਤ ਟੀਕਾ ਨਿਰਮਾਣ ਤੇ ਸਜਜੀ ਵਨ ਪ੍ਰਣਾਲੀ ਦਾ ਖਾਕਾ ਤਿਆਰ ਕੀਤਾ ਹੈ। सरकार ने पहले ही स्वदेशी टीके के विकास नाशेरी देने मिशन कोविड सुरक्षा लिए 900 करोड़ रुपए के विशेष पैकेज का एलान किया है ए ग्रांट बायोटेक्नोलॉजी फॉर रिसर्च एंड डेवलपमेंट वालों कोविड उन्नीस टीकों के लिए जारी की गई है ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਵਿਚਾਲੇ ਨਵੇਂ ਖੇਤੀ ਕਾਨੂੰਨਾਂ ਬਾਰੇ ਚੌਥੇ ਦੌਰ ਦੀ ਗੱਲਬਾਤ ਮੁਕੰਮਲ ਹੋ ਗਈਏ। ਨਵੀਂ ਦਿੱਲੀ ਦੇ ਵਿਗਿਆਨ ਪਵਨ ਚ ਚੱਲੇ ਮੈਰਾਥਨ ਮੀਟਿੰਗ ਦੌਰਾਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਤੇ ਸਨਤ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮਪrakash ਨੇ ਸਰਕਾਰ ਦੀ ਨੁਮਾਇੰਦਗੀ ਕੀਤੀ। ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਨੇ ਕਿਸਾਨ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕਿਸਾਨਾਂ ਨਾਲ ਜੁੜੇ ਸਾਰੇ ਮੁੱਦੇਆ ਅਤੇ ਉਹਨਾਂ ਦੀਆਂ ਚਿੰਤਾਵਾਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਮੀਟਿੰਗ ਬ ਕਹੇ ਹੈ ਕਿ ਕਿਸਾਨਾਂ ਨੂੰ ਇਸ ਗੱਲ ਦੀ ਬਧੇਰੇ ਫਿਕਰ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਆਉਣ ਨਾਲ ਫਸਲਾਂ ਦਾ ਮੰਡੀਕਰਨ ਖਤਮ ਹੋ ਜਾਵੇਗਾ ਕੇਂਦਰੀ ਮੰਤਰੀ ਰੇਪੋਸਾ ਦਾ ਬਾਇਆ ਕਿ ਸਰਕਾਰ ਖੇਤੀ ਜਿੰਸਾਂ ਦੀ ਸਾਮ ਸੰਭਾਲ ਤੇ ਖਰੀਦੋ-ਫਰੋਕਤ ਨੂੰ ਹੋਰ ਸੁਚਾਰੂ ਬਣਾਉਣ ਲਈ ਠੋਸ ਉਪਰਾਲੇ ਕਰੇਗੀ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਉਹਨੇ ਕਿਹਾ ਕਿ ਸਰਕਾਰ ਇਸ ਗੱਲ ਦਾ ਪਰੋਸਾ ਦਿੰਦੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੀ ਰਹੇਗੀ ਇਸ ਤੋਂ ਇਲਾਵਾ ਕਿਸਾਨਾਂ ਦੇ ਚੱਕਰੀ ਨਿਪਟੌਂ ਸੰਬੰਧੀ ਖੱਤਿਆਂ ਬਾਰੇ ਕੇਂਦਰੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਸ ਦੇ ਲਈ ਅਦਾਲਤ ਤੱਕ ਪਹੁੰਚ ਯਕੀਨੀ ਕਰਤ ਸਬੰਧੀ ਕਿਸਾਨਾਂ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪ੍ਰੋਸਾਦਵਾਇ ਕਿ ਸਰਕਾਰ ਕਿਸੇ ਵੀ ਮੁੱਦੇ ਤੇ ਕਿਸਾਨਾਂ ਨਾਲ ਖੁੱਲੇ ਮਨ ਨਾਲ ਚਰਚਾ ਕਰਦੀ ਰਹੇਗੀ ਤੇ ਪਵਿਕ ਵਿੱਚ ਵੀ ਕਰਦੀ ਰਹੇਗੀ ਮੀਟਿੰਗ ਦੌਰਾਨ ਬਿਜਲੀ ਸਬਸਿਡੀ ਤੇ ਪ੍ਰਾਲੀ ਸਹਾਣ ਵਰਗੇ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ ਕੇਂਦਰੀ ਮੰਤਰੀ ਨੇ ਦੱਸਿਆ ਕਿ ਗੱਲਬਾਤ ਦਾ ਅਗਲਾ ਦੌਰ ਪਲਕੇ ਹੋਵੇਗਾ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਅੱਜ ਬੈਠਕ ਦਾ ਚੌਥਾ ਚਰਨ ਸਮਾਪਤ ਹੋਇਆ ਹੈ ਔਰ ਪਰਸੋਂ दोपहर में दो बजे दोबारा से यूनियन के साथ सरकार की बातचीत होगी मुझे लगता है आज बहुत अच्छे वातावरण में चर्चा हुई है और किसानों ने बहुत ठीक से अपने विषयों को रखा है सरकार के पक्ष को किसान यूनियन ने पूरे संयम के साथ सुना है और उसके बाद जो बिंदु निकले हैं उन बिंदुओं पर हम सब लोगों की लगभग सहमति बनी है कि इन पर सरकार विचार करेगी ਮੀਟਿੰਗ ਦੌਰਾਨ ਖੇਤੀਬਾੜੀ ਦੇ ਕਿਸਾਨ ਪੁਲਾਈ ਮੰਤਰਾਲਾ ਦੇ ਸਖਤਰ ਸੰਜੀਤ ਅਗਰਵਾਲ ਨੇ ਖੇਤੀ ਕਾਨੂੰਨਾਂ 'ਚ ਸ਼ਾਮਲ ਕੀਤੇ ਗਏ ਨੁਕਤੇ ਲਾਕਡਾਊਨ ਦੇ ਅਰਸੇ ਦੌਰਾਨ ਖੇਤੀਬਾੜੀ ਮੰਤਰਾਲਾ ਵੱਲੋਂ ਕਿਸਾਨਾਂ ਦੀ ਪੁਲਾਈ ਲਈ ਕੀਤੇ ਗਏ ਉਪਰਾਲੇ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਦੇ ਲਈ ਕੀਤੇ ਗਏ ਯਤਨਾਂ ਦਾ ਵੀ ਵਿਸਥਾਰਪੂਰਵਕ ਵੇਰਵਾ ਦਿੱਤਾ। ਉਨ੍ਹਾਂ ਕਿਸਾਨਾਂ ਦੇ ਨੁਮਾਇੰਦੇ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਲਾਕਡਾਊਨ ਦੇ ਅਰਸੇ ਦੌਰਾਨ ਵੀ ਕੇਂਦਰ ਸਰਕਾਰ ਵੱਲੋਂ ਫਸਲ ਲਵਾਈ ਤੇ ਉਹ ਲੈ ਕੇ ਖਾਦਾ ਅਤੇ ਕੀਟਨਾਸ਼ਕਾਂ ਦੀ ਉਪਲਬਧਤਾ ਸਮੇਤ ਜਿੰਸਾ ਦੇ ਮੰਡੀਕਰਨ ਦੇ ਸਾਰੇ ਗੇੜਾਂ ਦੌਰਾਨ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ ਉਹਨਾਂ ਦੱਸਿਆ ਕਿ ਕਿਸਾਨਾਂ ਦੀ ਭਲਾਈ ਨੂੰ ਧਿਆਨ ਚ ਰੱਖਦਿਆਂ ਅਤੇ ਉਹਨਾਂ ਦੀ ਆਮਦਨ ਦੁੱਗਣੀ ਕਰਨ ਦੇ ਮੰਤਵ ਦੇ ਨਾਲ ਹੀ ਨਵੇਂ ਖੇਤੀ ਕਾਨੂੰਨ ਤਿਆਰ ਕੀਤੇ ਗਏ ਨੇ ਕੱਲ ਦੀ ਇਸ ਮੀਟਿੰਗ ਵਿੱਚ 32 ਕਿਸਾਨ ਸੰਗਠਨਾਂ ਦੇ 40 ਨੁਮਾਇੰਦਿਆਂ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰਾਲਾ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਤੇ ਜਨਤਕ ਵੰਡ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਭਾਰਤ ਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਤੇ ਤਣਾਅ ਨੂੰ ਖਤਮ ਕਰਨ ਲਈ ਸਾਰੇ ਨਾਸੂ ਖੇਤਰਾਂ 'ਚ ਆਮਨ ਅਤੇ ਸ਼ਾਂਤੀ ਕਾਇਮ ਰੱਖਣ ਦੇ ਮੰਤਵ ਦੇ ਨਾਲ ਫੌਜੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਿੱਛੇ ਹਟਾਉਣ ਦੇ ਲਈ ਰਣਨੀਤਕ ਅਤੇ ਫੌਜੀ ਪੱਧਰ ਤੇ ਗੱਲਬਾਤ ਜਾਰੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼ਿਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਦੇਸ਼ ਚੋਟੀ ਦੇ ਕਮਾਂਡਰਾਂ ਦੇ ਪੱਧਰ ਤੇ ਗੱਲਬਾਤ ਦੇ ਅਗਲੇ ਦੌਰ ਦੇ ਲਈ ਰਾਸੀ ਹੋ ਗਏ ਨੇ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਮੁੱਖ ਮੁੱਦਾ ਇਹ ਹੈ ਕਿ ਦੋਵੇਂ ਧਿਰਾਂ ਅਸਲ ਕੰਟਰੋਲ ਰੇਖਾ ਤੇ ਸ਼ਾਂਤੀ ਬਣਾਈ ਰੱਖਣ ਲਈ 1993 ਅਤੇ 1996 ਵਿੱਚ ਸਮੇਤ ਸਾਰੇ ਦੁਵੱਲੇ ਸਮਝੌਤਿਆਂ ਦੇ ਸਖਤੀ ਨਾਲ ਪਾਲਨ ਨੂੰ ਯਕੀਨੀ ਬਣਾਉਣ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਜ਼ਰੂਰੀ ਹੈ ਕਿ ਸਰਹੱਦ ਦੇ ਫੌਜੀਆਂ ਦਾ ਜਮਾਵੜਾ ਨਾ ਕੀਤਾ ਜਾਵੇ ਦੋਵੇਂ ਟੀਰਾਸੂਲ ਕੰਟਰੋਲ ਰੱਖਦਾ ਸਤਿਕਾਰ ਕਰਨ ਅਤੇ ਕੋਈ ਵੀ ਇੱਕ ਪਾਸੜੇ ਕਾਰਵਾਈ ਨੂੰ ਅੰਜਾਮ ਨਾ ਦੇਵੇ ਇਸ ਦੌਰਾਨ ਭਾਰਤ ਨੇ ਬ੍ਰਹਮਪੁੱਤਰ ਤੇ ਚੀਨ ਵੱਲੋਂ ਸਾਰੇ ਚਾਰੇ ਬਾਨੂੰ ਲੈ ਕੇ ਆਪਣਾ ਪੱਖ ਤੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ ਭਾਰਤ ਨੇ ਚੀਨ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿ ਹੈ ਕਿ ਬ੍ਰਹਮਪੁੱਤਰ ਤੇ ਉਪਰ ਲਿਖੇ ਤਰਚਕੀਆਂ ਜਾਣ ਵਾਲੀਆਂ ਸਰਗਰਮੀਆਂ ਦੇ ਨਾਲ ਹੇਠਲੇ ਖੇਤਰਾ 'ਚ ਪੈਂਦੇ ਸੂਬਿਆਂ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਪੁੱਜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਬ੍ਰਹਮਪੁੱਤਰ ਤੇ ਹੋ ਰਹੀਆਂ ਸਾਰੀਆਂ ਸਰਗਰਮੀਆਂ ਤੇ ਨਿਗਰਾਨੀ ਰੱਖ ਰਹੀ ਹੈ ਉਹਨਾਂ ਦੱਸਿਆ ਕਿ ਚੀਨ ਨੇ ਕਈ ਵਾਰ ਸਪਸ਼ਟ ਕਰਨ ਦਿੱਤਾ ਹੈ ਕਿ ਉਸ ਵੱਲੋਂ ਚਲਾਈਆਂ ਜਾ ਰਹੀਆਂ ਪੌਣ ਬਿਜਲੀ ਯੋਜਨਾਵਾਂ ਦਾ ਬ੍ਰਹਮਪੁੱਤਰ ਦੇ ਪਾਣੀ ਤੇ ਵਹਾਰਾ ਤੇ ਕੋਈ ਅਸਰ ਨਹੀਂ ਪਾਵੇਗਾ ਬੁਲਾਰੇ ਨੇ ਦੱਸਿਆ ਕਿ 2006 ਚ ਬਣਾਈ ਗਈ ਸੰਸਥਾਗਤ ਮਹਰ ਪਦਰ ਤੇ ਦਾਣੇ ਬਾਣੀ ਤਹਿਤ ਅਤੇ ਕੂਟਨੀਤਿਕ ਪਦਰ ਤੇ ਸਰਹੱਦ ਦੇ ਆਰ ਪਾਰ ਵਾਲੇ ਕੁਦਰਤੀ ਪਾਣੀਆਂ ਦੇ ਸੌਮਿਆ ਦੇ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਤੇ ਚਰਚਾ ਹੋਈ ਉਨੇ ਕਿਹਾ ਕਿ ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਸਰਹੱਦ ਦੇ ਆਰ ਪਾਰ ਵਗਣ ਵਾਲੇ ਕੁਦਰਤੀ ਸੌਮਿਆ ਨੂੰ ਲੈ ਕੇ ਚੀਨ ਨਾਲ ਗੱਲਬਾਤ ਕਰਨ ਦਾ ਇੱਛੁਕ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੀ ਨੇ ਪਾਤਰਵ ਨੂੰ ਕੋਰੋਨਾ ਦੌਰਾਨ ਵਿਦੇਸ਼ਾਂ ਚ ਫਸੇ ਦੇਸ਼ ਵਾਸੀਆਂ ਨੂੰ ਵਤਨ ਵਾਪਸ ਲਿਆਉਣ ਦੇ ਲਈ ਚਲਾਇਆ ਜਾ ਰਹੇ ਬੰਦੇ ਭਾਰਤ ਮਿਸ਼ਨ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦੱਸਿਆ ਕਿ ਇਸ ਮਿਸ਼ਨ ਦਾ 8ਵਾਂ ਗੇਟ 1 ਨਵੰਬਰ ਤੋਂ ਚੱਲ ਰਿਹਾ ਹੈ ਅਤੇ ਇਸ ਗੇਟ ਨੂੰ ਹੁਣ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ ਇਸ ਗੇਟ ਤਹਿਤ ਵਧਾਏਗੇ ਸਮੇਂ ਦੌਰਾਨ 15 ਦੇਸ਼ਾਂ ਤੋਂ 897 ਕੁਮਦਰੀ ਹਵਾਈ ਉਡਾਣਾਂ ਦਾ ਸੰਚਾਲਨ ਕੀਤਾ ਜਾਣ ਗਿਆ ਜਿਸ ਦੀ ਮਦਦ ਨਾਲ ਤਕਰੀਬਨ 1.5 ਲੱਖ ਲੋਕਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 18 ਦੇਸ਼ਾਂ ਦੇ ਨਾਲ 에ਅਰ ਬੱਬਲ ਸਮਝ ਹਵਾਯੋਦਨ ਦਾ ਆਮ ਵਾਂਗ ਸੰਚਲਨ ਹੋ ਰਿਹਾ ਹੈ ਹੁਣ ਤੱਕ ਵੱਖ-ਵੱਖਰੇ ਢੰਗ ਤਰੀਕਿਆਂ ਦੇ ਨਾਲ ਚਾਹੁੰਦੇ ਲੱਗ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਚੁੱਕਾ ਹੈ ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਤੀਜੇ ਗੇਟ ਤਹਿਤ ਅੱਜ ਵੋਟਾਂ ਪੈਣ ਦਾ ਕੰਮ ਸਵੇਰੇ 7:00 ਵਜੇ ਤੋਂ ਚੱਲ ਰਿਹਾ ਹੈ ਦੁਪਹਿਰ 2 ਵਜੇ ਤੱਕ ਵੋਟਰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰ ਸਕਣਗੇ ਇਸ ਗੇਟ ਤਹਿ 33 ਸੀਟਾਂ ਦੇ ਲਈ ਵੋਟਾਂ ਪਵਾਈਆਂ ਜਾ ਰਹੀਆਂ ਨੇ ਜਿਨ੍ਹਾਂ ਚੋਂ 16 ਸੀਟਾ ਕਸ਼ਮੀਰ ਅਤੇ 17 ਸੀਟਾ ਜੰਮੂ ਚ ਪੈਂਦੀਆਂ ਨੇ ਇਸ ਗੇਟ ਤਹਿਤ ਹੋਣ ਵਾਲੀਆਂ ਚੋਣਾਂ ਦੇ ਲਈ 305 ਉਮੀਦਵਾਰ ਮੈਦਾਨ ਚ ਨੇ ਜਿਨ੍ਹਾਂ ਚੋਂ 106 ਕਸ਼ਮੀਰ ਅਤੇ 139 ਉਮੀਦਵਾਰ ਜੰਮੂ ਚ ਆਪਣੇ ਸਿਆਸੀ ਕਿਸਮਤ ਅਜ਼ਮਾ ਰਹੇ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜ਼ਿਲ੍ਹਾ ਵਿਕਾਸ ਕਾਉਂਸਲ ਦੀਆਂ 280 ਸੀਟਾਂ ਦੇ ਲਈ 8 ਗੇੜ ਤਹਿਤ ਵੋਟਾਂ ਪਵਾਈਆਂ ਜਾ ਰਹੀਆਂ ਨੇ ਪਹਿਲੇ ਗੇੜ ਤਹਿਤ 52% VOTING ਦਰਜ ਹੋਈ ਸੀ ਜਦਕਿ ਦੂਜੇ ਗੇੜ ਦੇ ਵਿੱਚ VOTING 46.2% ਵੋਟਾਂ ਪੁੱਗਦੀਆਂ ਸਨ ਕੜਾਕੇ ਦੀ ਠੰਡ ਦੇ ਚਲਦਿਆਂ ਸਵੇਰ ਵੇਲੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਥੋੜੀ ਘਟ ਰਹੀ ਦਿਨ ਵੇਲੇ ਧੁੱਪ ਤੇਜ਼ ਹੋਣ ਦੇ ਨਾਲ ਨਾਲ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਤਾਰਾ 370 ਦੇ ਹਟਣ ਤੋਂ ਬਾਅਦ ਕੇਂਦਰ ਸਾਸਤ ਸੂਬੇ ਦੇ ਵਿੱਚ ਪਹਿਲੀ ਵਾਰ ਡੀਡੀਸੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਮੌਜੂਦਾ T20 ਲੜੀ ਦਾ ਪਹਿਲਾ ਮੈਚ ਅੱਜ ਕੈਨਬਰਾਂਜਾ ਖੇਡੇਗੀ ਦੋਵੀਂ ਟੀਮ ਆ ਵਿਚਾਲੇ ਇਸ ਤੋਂ ਪਹਿਲਾਂ ਖੇਡੀ ਗਈ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ 'ਚ ਮੇਜ਼ਬਾਨ ਆਸਟ੍ਰੇਲੀਆ ਦੀ ਟੀਮ ਨੇ 2-1 ਨਾਲ ਜਿੱਤ ਦਰਜ ਕੀਤੀ ਸੀ ਇੱਕ ਦਿਨਾਂ ਲੜੀ ਦੇ ਪਹਿਲੇ ਦੋ ਮੈਚ ਮੇਜ਼ਬਾਨ ਟੀਮ ਨੇ ਜਿੱਤੇ ਸੀ ਜਦਕਿ ਕੈਂਪਰਾ 'ਚ ਇਹ ਖੇਡੇ ਗਏ ਲੜੀ ਦੇ ਤੀਜੇ ਤੇ ਆਖਰੀ ਇੱਕ ਦਿਨਾ ਮੈਚ ਦੇ ਵਿੱਚ ਭਾਰਤ ਨੇ 13 ਦੌੜਾਂ ਦੇ ਫਰਕ ਦੇ ਨਾਲ ਜਿੱਤ ਦਰਜ ਕੀਤੀ ਸੀ ਅੱਜ ਤੋਂ ਸ਼ੁਰੂ ਹੋ ਰਹੀ ਤਿੰਨ T20 ਮੈਚਾਂ ਦੇ ਲੜੀ ਦਾ ਦੂਜਾ ਤੇ ਤੀਜਾ ਮੈਚ ਸਿਡਨੀ ਦੇ ਵਿੱਚ ਇਸ ਮਹੀਨੇ ਦੀ 6 ਤੇ 8 ਤਰੀਕ ਨੂੰ ਖੇਡਿਆ ਜਾਵੇਗਾ। ਦੋਵੇਂ ਦੇਸ਼ਾਂ ਵਿਚਾਲੇ ਮੌਜੂਦਾ ਦੌਰੇ ਦੌਰਾਨ ਚਾਰ ਟੈਸਟ ਮੈਚ ਵੀ ਖੇਡੇ ਜਾਣਗੇ। ਟੈਸਟ ਮੈਚਾਂ ਦੇ ਲੜੀ ਦਾ ਪਹਿਲਾ ਮੈਚ ਐਡੀਲੇਟ ਵਿੱਚ 17 ਦਸੰਬਰ ਤੋਂ ਸ਼ੁਰੂ ਹੋਵੇਗਾ। ਇਸ ਨਾਲ ਹੀ ਖਬਰਾਂ ਦਾ ਹੈ ਬੁਲੇਟਿਨ ਖਤਮ ਹੁੰਦਾ 1 ਵਜੇ ਦੇ ਬੁਲੇਟਿਨ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਇਚਾ ਸਤਿਓ। ਧੰਨਵਾਦ।